ਦਾ ਕੋਲ ਨਹੀਂ ਹੈਗਾ ਸੀ ਇੰਜ ਕਰਦੀਆਂ ਨਹੀਂ ਮੈਨੂੰ ਇੰਜ ਹੀ ਹਾਲਾ ਕਰਨੇ ਮੈਂ ਕੀ ਕਰਾਂ ਇੰਜ ਕਰਨਾ ਕੀ ਹੁੰਦਾ ਕਿ ਪੈਸੇ ਪੋਤੇ ਲੱਗ ਜਾਂਦੇ ਨੇ ਜ਼ਾਹਿਰੀ ਗੱਲ ਹੈ ਜੇ ਨੂੰ ਇੰਜ ਆਂਦਾ ਭਾਈ ਉਹ ਕਰ ਅਸੀਂ ਦੇ ਹੈਗਾ ਡਾ ਡਾ ਲੈ ਹੁਣ ਸਾਕੋ ਇੰਜ ਇੰਜ ਵਾਲਾ ਸਿਸਟਮ ਬਹੁਤ ਘਾਟੇ ਨਾ ਤੇ ਉਹ ਵੀ ਸਿੱਖ ਸੋਕ ਕੇ ਕਰਨਾ ਹੁੰਦਾ ਤੇ ਉਹ ਟੈਂਜ ਵਾਲੇ ਨੂੰ ਲੈ ਕੇ ਕੌਣ ਜਾਂਦਾ ਜਿੰਨਾਂ ਕੋ ਪੈਸਾ ਆ ਜਾਂਦਾ ਤੇ ਉਹ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਨੇ ਉਹ ਜਿਹੜੇ ਉਹਨਾਂ ਦੇ ਫੈਨ ਨੇ ਤਾਂ ਕੋਈ ਨਹੀਂ ਕਦੀ ਕਿਸੇ ਨੇ ਕਿਹਾ ਤੁਸੀਂ ਅਗੋਸਦੀਕ ਚਪੇੜ ਮਾਰਤੀਆਂ ਮੈਨੂੰ ਵੈਸੇ ਕੋਈ ਨੀ ਮੂੰਹ ਲਾਂਦਾ ਪਤਾ ਪਹਿਲੀ ਲਾਈਨ ਚ ਨਾ ਬਾਬੇ ਬੈਠੇ ਹੁੰਦੇ ਨੇ ਉਹ ਬਾਬੇ ਠਰਕੀ ਹੁੰਦੇ ਨੇ ਇੱਕ ਚੱਕਰ ਇਹ ਗਿਆ ਬਾਬੇ ਜਿਹੜੇ ਚਟੀਆਂ ਦੜੀਆਂ ਹੁੰਦੀਆਂ ਨੇ ਤੁਸੀਂ ਵੇਖਿਆ ਨਹੀਂ ਲੋਕਾਂ ਦੀ ਔਲਾਦ ਖਰਾਬ ਹੁੰਦੀ ਉਹ ਕਿਸੇ ਦੇ ਅੱਬੇ ਖਰਾਬ ਹੋਣ ਆਏ ਹੁੰਦੇ ਨੇ ਯੋ ਉਹ ਨੇ ਉਹ ਨਾ ਨੇ ਜੇ ਕੋਈ ਗੱਲ ਇਹ ਦੱਸ ਰਿਹਾ ਰੰਗ ਬਾਜ਼ੀ ਕਰਨ ਕੀ ਕਰਦੇ ਉਹਨਾਂ ਨੂੰ ਕੋਈ ਕੱਖ ਵੀ ਨਹੀਂ ਰੰਗ ਬਾਜ਼ੀ ਸਿਰਫ ਏ ਐਂਟਰਟੇਨ ਹੁੰਦਾ ਚੰਦ ਦੋ ਘੰਟੇ ਵਾਸਤੇ ਆਂਦੇ ਨੇ ਉਹ ਉੱਥੇ ਤੱਕ ਰੰਗ ਬਾਜ਼ੀ ਹੁੰਦੀ ਹੁਣ ਕਿਸੇ ਨੇ ਕੀ ਕਰਨਾ ਹੁੰਦਾ ਅਸਲਾਮੁਅਲੈਕੁਮ ਵਾਅਲੈਕੁਮ ਸਲਾਮ ਕਿਸੀ ਹੈ ਮੈਂ 온ਜੀ ਇਹ ਫਿਟ ਬਾਡੀ ਹਾਏ ਅੱਲਾ ਹਾਂਜੀ ਮਿਹਨਤ ਕੀਤੀ ਹੈ ਹਾਂਜੀ ਕਿੰਨੀ ਮਿਹਨਤ ਕੀਤੀ ਹੈ ਤੇ ਫਿਰ ਵੀ ਕੀ ਲੱਭਿਆ ਇੱਕ ਵਾਰ ਗੱਡੀ ਮੈਨੂੰ ਕੋਈ ਖਾਸ ਨਜ਼ਰ ਨਹੀਂ ਆਈ ਯਾਰ ਪਤਾ ਕੀ ਹੱਕ ਹਲਾਲ ਨਾਲ ਇੰਨਾ ਹੀ ਬਣਦਾ ਤੇ ਹੱਕ ਕਿਸੇ ਦਾ ਮਾਰ ਕੇ ਬਹੁਤ ਕੁਝ ਬਣ ਜਾਂਦਾ ਕਿ ਅੱਜ ਕੱਲ ਤੇ ਜੜੀਆਂ ਕੁੜੀਆਂ ਹੁੰਦੀਆਂ ਨੇ ਬੜਾ ਕੁਝ ਕਰ ਲੈਂਦੀਆਂ ਨੇ ਵੱਡੀਆਂ ਸਟਾਰਾਂ ਨੇ ਸਾਨੂੰ ਬਹੁਤ ਕੁਝ ਕੀ ਕਰਦੀਆਂ ਨੇ ਕੀ ਇਹਨਾਂ ਕੋਲ ਗੁੱੜ ਹੁੰਦਾ ਹੈ ਜਿਹੜਾ ਤੁਹਾਡੇ ਕੋਲ ਨਹੀਂ ਹੈਗਾ ਸੀ ਇੰਜ ਕਰਦੀਆਂ ਨੇ ਮੈਨੂੰ ਇੰਜ ਨਹੀਂ ਹਾਲਾ ਕਰਨੇ ਮੈ ਕੀ ਕਰ ਇੰਜ ਕਰਨਾ ਕੀ ਹੁੰਦਾ ਕਿ ਪੈਸੇ ਪੋਤੇ ਲੱਗ ਜਾਂਦੇ ਨੇ ਜ਼ਾਹਿਰੀ ਗੱਲ ਹੈ ਜੇ ਨੂੰ ਇੰਜ ਆਂਦਾ ਭਾਈ ਉਹ ਕਰ ਅਸੀਂ ਦੇ ਹੈਗਾ ਡਾ ਡਾ ਲੈ ਹੁਣ ਸਾਕੋ ਇੰਜ ਇੰਜ ਵਾਲਾ ਸਿਸਟਮ ਬਹੁਤ ਘਾਟੇ ਨਾ ਤੇ ਉਹ ਵੀ ਸਿਕ ਸੋ ਕੇ ਕਰਨਾ ਹੁੰਦਾ ਤੇ ਉਹ ਇੰਜ ਵਾਲੇ ਨੂੰ ਲੈ ਕੇ ਕੌਣ ਜਾਂਦਾ ਜਿਨਾਂ ਨੂੰ ਪੈਸਾ ਆ ਜਾਂਦਾ ਤੇ ਉਹ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਨੇ ਉਹ ਜਿਹੜੇ ਉਹਨਾਂ ਦੇ ਫੈਨ ਨੇ ਤਾਂ ਕੋਈ ਨਹੀਂ ਕਦੀ ਕਿਸੇ ਨੇ ਕਿਹਾ ਤੁਸੀਂ ਅਗੋਸਦੀਕ ਚਪੇੜ ਮਾਰਤੀਆਂ ਮੈਨੂੰ ਵੈਸੇ ਕੋਈ ਨਹੀਂ ਮੂੰਹ ਲਾਂਦਾ ਪਤਾ ਨਹੀਂ ਕਿਉਂ ਨਹੀਂ ਲਾਂਦਾ ਨਹੀਂ ਐ ਅੱਛਾ ਚਲੋ ਵੀਡੀਓ ਤੇ ਜਾ ਰਹੀ ਐ ਨਾ ਲਾਈਵ ਕੋ ਮੈਂ ਛੂਟਦੇ ਨਹੀਂ ਨਾ ਬੋਲ ਰਹੀ ਤੇ ਮੇਰੇ ਫੈਨ ਹੋਣਗੇ ਬਹੁਤ ਪਿਆਰ ਕਰਨ ਵਾਲੇ ਲੋਕ ਹੋਣਗੇ ਲੇਕਿਨ ਇਤਫਾਕ ਜ਼ਿੰਦਗੀ ਚ ਐਸਾ ਕੁਝ ਵੀ ਨਹੀਂ ਆਇਆ ਕਿ ਜਿਹੜਾ ਮੈਂ ਕਿਸੇ ਕੋਲ ਕੁਝ ਲਿਆ ਆਵੇ ਅੱਜ ਵੀ ਹੋਈ ਏ ਜਿਹੜਾ 16 ਸਾਲ ਪਹਿਲੇ ਸੀ ਤੇ ਹੁਣ ਵੀ ਮੇਰੇ ਖਿਆਲ ਚ ਹੁਣ ਵੀ ਉਹ ਸੀ ਕਾਰ ਚ ਬੈਠੇ ਹੋ 16 ਸਾਲ ਲਾਤੇ ਨੇ ਤੇ ਕੁੜੀਆਂ ਅੱਜ ਕੱਲ 6 ਮਹੀਨੇ ਲਾਂਦੀਆਂ ਯਾਰ ਮੈਂ ਵੈਸੇ ਇਥੇ ਕੰਟੀਨਿਊ ਡਰਾਮਾ ਜਿਹੜਾ ਸਟਾਰਟ ਕੀਤੇ ਰਿਆ ਮੈਂ 2017 ਤੋਂ ਕੀਤੇ ਨੇ 2016 2017 ਤੋਂ ਤੁਸੀਂ ਵੇਖ ਲਓ ਕਿੰਨੀ ਦੇਰ ਐਜ਼ ਅ ਪ੍ਰੋਡਿਊਸਰ ਮੈਂ ਕੰਮ ਕੀਤਾ ਹੈ ਤੇ ਉਸ ਤੋਂ ਪਹਿਲੇ ਮੈਂ ਟੀਵੀ 'ਚ ਸਟਾਰਟ ਲੇਤਾ ਹੈ ਤੇ ਮੈਂ ਐਜ਼ ਅ ਪ੍ਰੋਡਿਊਸਰ ਬਹੁਤ ਕੰਮ ਕੀਤਾ ਹੈ ਜਿਸ ਦੇ ਚੈ ਮੈਂ ਕਾਫੀ ਇਨ ਲੋਕ ਮੈਨੂੰ ਜਾਣਨ ਦੀ ਵਜ੍ਹਾ ਵੀ ਜ਼ਿਆਦਾ ਆਈ ਹੈ ਕਿ ਮੈਂ ਐਜ਼ ਅ ਪ੍ਰੋਡਿਊਸਰ ਬਹੁਤ ਕੰਮ ਕੀਤਾ ਹੈ ਤੇ ਯ ਕਉ ਸਮਝ ਵੀ ਤੇ ਆਵੇ ਨਾ ਕੀ ਕਰਦੇ ਨੇ ਯਾਰ ਸ਼ਾਟ ਬਲੈਕ ਮਿਲ ਕੀ ਹੁੰਦੇ ਨੇ ਹਰ ਬੰਦੇ ਦਾ ਇੱਕ ਆਪਣਾ ਕੰਮ ਕਰਨ ਦਾ ਤਰੀਕਾ ਘਾਰੇ ਜ਼ਿੰਦਗੀ 'ਚ ਅਗਲੀਆਂ ਆਣ ਕੇ ਦਿਨੋਂ ਦਿਨ ਸਟਾਰ ਬਣ ਗਈਆਂ ਨੇ ਉਹਨਾਂ ਦੇ ਪਿੱਛੇ ਬਹੁਤ سارے ਹੱਥ ਨੇ ਕੀ ਸਿਆਸਤਦਾਨਾ ਤੇ ਵੀ ਹੁੰਦੇ ਨੇ ਜਾਂ ਖਾਲੀ ਕੋਈ ਦੂਸਰੇ ਲੋਕ ਹੀ ਹੁੰਦੇ ਨੇ ਹੁੰਦੇ ਹੁਣਗੇ ਹੁਣ ਉਹਦੇ ਚ ਕਿਹੜਾ ਕਿਹੜਾ ਬੰਦਾ ਇਨਵੋਲ ਹੋਏ ਇਹ ਹੁਣ ਮੈਨੂੰ ਥੋੜੀ ਅਗਲੇ ਨੇ ਦੱਸਣਾ ਜਾਂ ਮੈਨੂੰ ਦੱਸਣਾ ਹੋਵੇ ਤੇ ਮੈਂ ਗੱਡੀ ਬਾਹਰ ਚੰਗੀ ਨਾਲ ਲੈ ਕੇ ਖਲੋਤੀ ਹੁੰਦੀ ਮੇਰੇ ਕੋਲ ਜਿਹਾ ਜਿਹਾ ਕੋਈ ਕੁੜੀ ਆਈ ਹੋਵੇ ਤੇ ਤੁਹਾਨੂੰ ਆ ਕੇ ਕਹੇ ਕਿ ਮੈਂ ਕੰਮ ਕਰਨਾ ਮਤਲਬ ਕਿ ਕੰਮ ਕਰਨਾ ਚਾਹਨੀ ਐਥੇ ਇਹ ਮਹੀਨੇ ਬਾਦ ਅਨਵਾਚਾ ਲੈ ਲੋ ਜੀ ਉਹ ਤੇ ਕਟਿੰਗ ਅੱਛਾ ਬਹੁਤ ਸਾਰੀਆਂ ਐਕਟਰਾਂ ਨੇ ਜਿਨ੍ਹਾਂ ਨੇ ਸਾਡੇ ਥੱਲੇ ਕੰਮ ਕੀਤਾ ਬਹੁਤ ਸਾਰੀਆਂ ਜਿਹੜੀਆਂ ਅੱਜ ਕਹਿੰਦੀਆਂ ਅੱਜ ਕਹਿੰਦੀਆਂ ਨੇ ਕਿ ਅਸੀਂ ਸੌਰੀ ਸਾਡੀ ਤਸਵੀਰ ਬਰਾਬਰ ਲੱਗੇ ਸੌਰੀ ਅਸੀਂ ਇਹਨਾਂ ਦੇ ਥੱਲੇ ਕੰਮ ਨਹੀਂ ਕਰਨਾ ਸੌਰੀ ਅਸੀਂ ਇੰਜ ਨਹੀਂ ਕਰਨਾ ਬੰਦਾ ਇਹਨਾਂ ਨੂੰ ਪੁੱਛੇ ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਸਾਡੇ ਥੱਲੇ ਰਹਿ ਕੇ ਕੰਮ ਕੀਤਾ ਔਰ ਇੱਕ ਤਸਵੀਰ ਲਵਾਉਣ ਵਾਸਤੇ ਵੀ ਤੁਹਾਨੂੰ ਟੈਨਸ਼ਨ ਹੁੰਦੀ ਸੀ ਅੱਜ ਸਟਾਰਾਂ ਬਣ ਗਈਆਂ ਕਿ ਇਸ ਵਜ੍ਹਾ ਤੋਂ ਬਣ ਗਈਆਂ ਪੈਸਾ ਕੋਲ ਆ ਗਿਆ ਪੈਸਾ ਤੇ ਦੋ ਨੰਬਰ ਤਰੀਕੇ ਨਾਲ ਹਰ ਬੰਦਾ ਕਮਾ ਲੈਂਦਾ ਹੈ ਲੇਕਿਨ ਇੱਜ਼ਤ ਵੋਟ ਕੱਟ ਲੋਕ ਕਮਾਉਂਦੇ ਨਹੀਂ ਮੈਂ ਚਲੋ ਪੈਸਾ ਇੰਨਾ ਨਹੀਂ ਕਮਾਇਆ ਮੇਰੇ ਕੋ ਨਾਮ ਸ਼ੌਹਰਤ ਮੇ ਕੋਈ ਇੱਜ਼ਤ ਬਹੁਤ ਹੈ ਮੇਰੀ ਫੈਮਿਲੀ ਬੈਕਗ੍ਰਾਉਂਡ ਬਹੁਤ ਅੱਛਾ ਹੈ ਤੇ ਮੈਨੂੰ ਸਪੋਰਟ ਬਹੁਤ ਅੱਛੀ ਕਰਦੇ ਰਹੇ ਮੈਨੂੰ ਮੈਂ ਹਰ ਦਮ ਹਰ ਪਲ ਅੱਲਾ ਦਾ ਸ਼ੁਕਰ ਅਦਾ ਕਰਨੀ ਹੈ ਲੇਕਿਨ ਕੰਮ ਉਸ ਚੀਜ਼ ਦਾ ਹੀ ਮਜ਼ਾ ਆਂਦਾ ਕਿ ਜਿਹੜਾ ਤੁਸੀਂ ਆਪਣਾ ਇੱਕ ਸਟਰਗਲ ਨਾਲ ਮਿਹਨਤ ਨਾਲ ਕਰਕੇ ਇਸ ਮਕਾਮ ਤੇ ਪਹੁੰਚੋ ਫਿਰ ਮਜ਼ਾ ਆਂਦਾ ਬਜਾ ਕੇ ਸ਼ਾਰਟਕਟ ਰਸਤੇ ਲੱਭ ਕੇ ਤੁਸੀਂ ਕਿਸੇ ਮਕਾਮ ਤੇ ਪਹੁੰਚਦੇ ਹੋ ਉਹ ਦੇਰ ਪਾ ਨਹੀਂ ਹੁੰਦੀ ਫਿਰ ਨੂੰ ਕਿਨੇ ਕਿਨੇ ਗੰਦਾ ਕੀਤਾ ਬਹੁਤ ਸਾਰੇ ਲੋਕਾਂ ਨੇ ਗੰਦਾ ਕੀਤਾ ਮਛਲੀ ਦੀ ਕੋਈ ਬੜੀ ਹੁੰਦੀ ਹੈ ਜਿਹੜੇ ਪੂਰੇ ਤਲਾਬ ਨੂੰ ਗੰਦਾ ਕਰ ਦਿੰਦੇ ਸਾਡੇ ਜਿੱਤੇ ਢੇਰਾ ਮਛਲੀਆਂ ਨੇ ਤੇ ਉਹ ਤੇ ਸਾਰਾ ਕੁਝ ਹੀ ਗੰਦ ਹੋ ਗਿਆ ਹੁਣ ਇਹਨੂੰ ਚੰਗਾ ਕਰਨੇ ਦੀ ਕੋਸ਼ਿਸ਼ ਕਰ ਰਹੇ ਆ ਕਿਸ ਤਰ੍ਹਾਂ ਆਏਗਾ ਚੰਗਾ ਚੰਗਾ ਇਹ ਕਿ ਚੰਗੇ ਉਹ ਅੱਛੇ ਡਰਾਮੇ ਜਿਹੜੇ ਇੰਡਸਟਰੀ تھیਟਰ ਵਾਲੋਂ ਗੱਲ ਕਰ ਰਹੇ ਅੱਛੇ ਡਰਾਮੇ ਹੋ ਰਹੇ ਨੇ الحمدللہ ਕਰ ਰਹੇ ਨੇ ਇਹ ਲੜਕੇ ਅੱਛੇ ਕੰਮ ਕਰ ਰਹੇ ਨੇ ਔਰ ਵਿੱਚ ਸੀਨੀਅਰ ਆਰਟਿਸਟਾਂ ਵੀ ਹੈ ਨੇ ਜਿਹੜੀਆਂ ਅੱਛਾ ਕੰਮ ਕਰਦੀਆਂ ਨੇ ਔਰ ਇੱਕ ਅੱਧੀ ਵਿੱਚ ਜੂਨੀਅਰ ਹੋएगी ਕਿ ਜਿਹੜੀ ਬਹੁਤ ਅੱਛਾ ਕੰਮ ਕਰਦੀ ਔਰ ਸਾਰੀਆਂ ਸੀਨੀਅਰ ਵੀ ਅੱਛਾ ਕੰਮ ਨਹੀਂ ਕਰਦੀਆਂ ਉਹ ਵੀ ਉਹਨਾਂ ਵਰਗੀਆਂ ਕਿਉਂਕਿ ਉਹ ਜੂਨੀਅਰ ਨੇ ਮਜਬੂਰ ਕੀਤਾ ਉਹਨਾਂ ਨੂੰ ਇਸ ਕੰਮ ਬੋਲਡ ਕੰਮ ਕਰਨ ਵਾਸਤੇ ਨਾ ਨਵੀਂ ਕੁੜੀਆਂ ਬੋਰਡ ਕੰਮ ਕਰਦੀਆਂ ਤੇ ਨਾ ਸੀਨੀਅਰਜ਼ ਨੂੰ ਇਹ ਕੰਮ ਕਰਨਾ ਪੈਂਦਾ ਤੇ ਸੀਨੀਅਰਜ਼ ਉਨੀ ਦੇਰ ਅੱਛਾ ਕੰਮ ਹੀ ਕਰਨਗੇ ਜਿੰਨੀ ਦੇਰ ਜੂਨੀਅਰਜ਼ ਕੋ ਪੰਗਾ ਨਹੀਂ ਲੈਣੀਆਂ ਨਵੀਆਂ ਆਣ ਵਾਲੀਆਂ ਨੇ ਬੇਹਜਾ ਹੀ ਫਲਾਈਏ ਇਹਨਾਂ ਦੀ وجہ ਨਾਲ ਜਿਹੜੇ ਸੀਨੀਅਰਜ਼ ਨੇ ਜਿਹੜੇ ਆਰਟਿਸਟਸ ਨੇ ਉਹਨਾਂ ਨੂੰ ਮਜਬੂਰਨ ਬੋਲ ਕੰਮ ਕਰਨਾ ਪਿਆ ਕਿਉਂਕਿ ਫਿਰ ਪ੍ਰੋਡਿਊਸਰ ਜਾਂ ਪਬਲਿਕ ਉਹਨਾਂ ਨੂੰ ਲਾਈਕ ਕਰ ਦਿਓ ਕਹਿੰਦੇ ਲਓ ਇਹਨੂੰ ਪੈਸੇ ਵੀ ਬਹੁਤੇ ਦਿਓ ਤੇ ਘੱਟਾ ਫਾਇਦਾ ਇਹਦੇ ਵਿੱਚੋਂ ਕੰਮ ਤੇ ਉਹ ਚੰਗਾ ਚੁੱਕ ਕੇ ਰੱਖਦੀ ਹੈ ਉਹ ਜਿਹੜੀਆਂ ਚੁੱਕਣ ਵਾਲੀਆਂ ਨੇ ਉਹਨਾਂ ਨੇ ਸਾਡੇ ਵੀ ਬੜੇ ਗਰ ਕਰ ਦਿੱਤੇ ਹੁਣ ਅਸੀਂ ਚੁੱਕਾਂਗੇ ਤੇ ਚੱਲਾਂਗੇ ਨਹੀਂ ਚੁੱਕਾਂਗੇ ਤੇ ਘਰ ਬੈਠਾਂਗੇ ਤੂੰ ਘਰ ਬੈਠੇ ਅੱਛਾ ਐਕਸਨ ਆ ਵੀਡੀਓਜ਼ ਦੇਖੀਆਂ ਜਿਨ੍ਹਾਂ ਸਜ ਜਦੋਂ ਕੋਈ ਡਾਂਸ ਹੋ ਰਿਹਾ ਹੁੰਦਾ ਤੇ ਪਹਿਲੀ ਲਾਈਨ 'ਚ ਨਾ ਬਾਬੇ ਬੈਠੇ ਹੁੰਦੇ ਨੇ ਉਹ ਬਾਬੇ ਟਰਕੀ ਹੁੰਦੇ ਨੇ ਇੱਕ ਚੱਕਰ ਹੈਗਾ ਬਾਬੇ ਜਿਹੜੇ ਚਟੀਆਂ ਦੜੀਆਂ ਹੁੰਦੀਆਂ ਨੇ ਉਹ ਤੁਸੀਂ ਵੇਖਿਆ ਨੇ ਲੋਕਾਂ ਦੀ ਔਲਾਦ ਖਰਾਬ ਹੁੰਦੀ ਉਹ ਕਿਸੇ ਦੇ ਅੱਬੇ ਖਰਾਬ ਹੋਣ ਆਏ ਹੁੰਦੇ ਨੇ ਯੋ ਉਹ ਨੇ ਉਹ ਨਾ ਨੇ ਜੇ ਕੋਈ ਗੱਲ ਉਹ ਉਹ ਕਿੱਦਾਂ ਕਰ ਕੋ ਰੰਗਬਾਜ਼ੀ ਕਰਨ ਕੀ ਕਰਦੇ ਉਹਨਾਂ ਨੂੰ ਕੋਈ ਕੱਖ ਕਵੀ ਰੰਗਵਾਜੀ ਸਿਰਫ ਏ ਐਂਟਰਟੇਨ ਹੁੰਦਾ ਚੰਦ 2 ਘੰਟੇ ਵਾਸਤੇ ਆਂਦੇ ਨੇ ਉਹ ਉਥੇ ਤੱਕ ਰੰਗਵਾਜੀ ਹੁੰਦੀ ਹੁਣ ਕਿਸੇ ਨੇ ਕੀ ਕਰਨਾ ਹੁੰਦਾ ਇੱਕ ਅੱਛਾ ਸਭ ਤੋਂ ਮਜ਼ੇਦ ਦੀ ਗੱਲ پتہ ਕੀ ਦੱਸਾਂ ਮੈਂ ਹੁਣ ਪਬਲਿਕ ਨੂੰ ਇਹ ਵੀ ਗੱਲ ਨਾਲ ਵਾਜ਼ਿਆ ਕਰ ਦਿਆਂ ਕਿ ਜਿੱਥੇ ਅਸੀਂ ਇਨੀਆਂ ਬੁਰਾਈਆਂ ਕਰਦੇ ਆਂ ਛਾਈਆਂ ਦੇ ਛਾਈ ਸਭ ਤੋਂ ਵੱਡੀ ਇਹ ਕਿ ਹਰ ਰੋਂਦੇ ਚਿਹਰੇ ਤੇ ਮੁਸਕਰਾਹਟਾਂ ਲਾਣ ਵਾਸਤੇ ਇੱਕ ਥੀਏਟਰੀ ਬਾਦ ਇੱਕ ਚੀਜ਼ੇ ਇੱਕ ਐਸੀ ਇਹ ਅੱਲਾ ਪਾਕ ਨੇ ਆਰਟਿਸਟਾਂ ਨੂੰ ਇੱਕ ਥੀਏਟਰ ਦਿਆਂ ਨੂੰ ਦਿੱਤੀ ਕਿ ਜਿਹੜੇ ਰੋਂਦਿਆਂ ਨੂੰ ਆਸਾਂਦੇ ਨੇ ਔਰ ਉਹ ਐਂਟਰਟੇਨਮੈਂਟ ਵਾਸਤੇ ਤੁਹਾਡੇ ਕੋਲ ਹੈ ਵੀ ਕੁਝ ਨਹੀਂ ਸਿਵਾਏ ਥੀਟਰ ਦੇ ਔਰ ਇਹੀ ਆਰਟਿਸਟ ਨੇ ਜਿਹੜੇ ਤੁਹਾਡੇ ਸੁਪਰਸਟਾਰ ਨੇ ਔਰ ਇਹੀ ਆਰਟਿਸਟ ਨੇ ਜਿਨ੍ਹਾਂ ਨੂੰ ਤੁਸੀਂ ਗੰਦਾ ਕਹਿੰਦੇ ਹੋ ਇਹੀ ਆਰਟਿਸਟ ਨੇ ਜਿਹੜੇ ਹਰ ਦੁੱਖ ਸ਼ੋਕ ਤੇ ਨਾਲ ਕੰਮ ਵੀ ਆਉਂਦੇ ਨੇ ਸਾਰੇ ਅੱਛੇ ਵੀ ਨਹੀਂ ਤੇ ਸਾਰੇ ਬੁਰੇ ਵੀ ਨਹੀਂ ਤੇ ਬਹੁਤ ਲੋਕ ਅੱਛੇ ਵੀ ਨੇ ਤੇ ਬਹੁਤ ਲੋਕ ਇਸ ਫੀਲਡ ਚ ਬੁਰੇ ਵੀ ਨੇ ਤੇ ਅਲhamdulillah ਜੇ ਬੁਰੇ ਆਪਣੀ ਬੁਰਾਈ ਨਹੀਂ ਛੱਡਦੇ ਤੇ ਛਾਈਵੇ ਅੱਛੇ ਵੀ ਆਪਣੀ ਛਾਈ ਨਹੀਂ ਛੱਡਦੇ ਹੈਗੇ ਐ ਤੇ ਫਿਰ ਕਹਿੰਦੇ ਨੇ ਮੁਕਾਫਤ ਤੇ ਹਮਲ ਹੈ ਆਣਾ ਲੈਣਾ ਦੇਣਾ ਕਰਨਾ ਇਹ ਸਾਰਾ ਕੁਝ ਹੁੰਦਾ ਰਹੇ ਸਾਈਬਾ ਜੋ ਵੀ ਇਸ ਫੀਲਡ ਕੋ ਛੋੜਦਾ ਹੈ ਜਾਂ ਬੁੱਢਾ ਬਾਬਾ ਹੋ ਜਾਂਦਾ ਹੈ ਬਾਹਰ ਨਿਕਲਦੀ ਕਹਿੰਦਾ ਯਾਰ ਗੰਦੇਗਾ ਸੀ ਮੈਂ ਛੱਡ ਆਇਆ ਵਾਂ ਕੀ ਵਜ੍ਹਾ ਹੈ ਬੜਾ ਪਿੱਛੇ ਜਾ ਕੇ ਖਿਆਲ ਆਉਂਦਾ ਹੈ ਅੱਛਾ ਕੈਸੀ ਗੱਲ ਹੈ ਪਹਿਲੇ ਨੰਬਰ ਤੇ ਤੇ ਬੈਏ ਤੁਹਾਨੂੰ ਇਹ ਗੱਲ ਕਲੀਅਰ ਕਰਤੀ ਜਮੈਂ ਗੰਦ ਨਹੀਂ ਕੰਮ ਹੈ ਗਾਂਦੋਰ ਕਾਮ ਚ ਬਹੁਤ ਫਰਕ ਹੈ ਉਹ ਬਕੌਲ ਉਹਨਾਂ ਦੇ ਜਿਹੜੇ ਛੱਡਦੇ ਨੇ ਨਹੀਂ ਜਿਹੜੇ ਛੱਡਦੇ ਨੇ ਉਹਨਾਂ ਨੂੰ ਫੇਮ ਇਸ ਥੀਏਟਰ ਦਿੱਤਾ ਜਿਹਦੇ ਛੱਡਦੇ ਨੇ ਜਿਹੜੇ ਇਹਨਾਂ ਨੂੰ ਬੁਰਾ ਕਹਿੰਦੇ ਨੇ ਉਹ ਰਿਲੇਟਿਡ ਇਸ ਚੀਜ਼ ਦੇ ਨਾਲ ਇਸ ਚੀਜ਼ ਤੋਂ ਬਾਅਦ ਹੀ ਉਹ ਕਿਸੇ ਹੋਰ ਚੀਜ਼ ਚ ਗਏ ਨੇ ਚਾਹੇ ਉਹ ਫਿਲਮ ਚ ਗਏ ਨੇ ਚਾਇਓ ਟੀਵੀ ਚ ਗਏ ਨੇ ਚਾਇਓ ਦੁਨੀਆ ਚ ਕਿਸੇ ਮੁਲਕ ਚ ਗਏ ਨੇ ਗਏ ਇਸ ਥੀਏਟਰ ਦੀ وجہ ਨਾਲ ਤੇ ਥੀਏਟਰ ਬੁਰੀ ਚੀਜ਼ ਨਹੀਂ ਹੈ ਹਾਂ ਕੰਮ ਜ਼ਰੂਰ ਬੁਰਾ ਹੋਣ ਲੱਪਿਆ ਸੀ ਜਿਹੜੇ ਬਾਹਰ ਜਾਂਦੇ ਨੇ ਉਹ ਵੀ ਇਸ ਥੀਏਟਰ ਦੀ وجہ ਨਾਲ ਜਾਂਦੇ ਥੀਏਟਰ ਬੁਰਾ ਨਹੀਂ ਕੰਮ ਜ਼ਰੂਰ ਬੁਰਾ ਹੋ ਸਕਦਾ ਹੈ ਔਰ ਜਦੋਂ ਕੰਮ ਬੁਰਾ ਹੁੰਦਾ ਹੈ ਉਹ ਸਾਰੀ ਦੁਨੀਆ ਨੂੰ ਪਤਾ ਲੱਗਣ ਲੱਪੈਂਦਾ ਔਰ ਤੁਸੀਂ ਮੈਨੂੰ ਇਸ ਚੀਜ਼ ਦਾ ਤੁਸੀਂ ਜਵਾਬ ਦਿਓ ਕਿ ਤੁਸੀਂ ਇਸ਼ਾਰਾ ਨਾਲ ਇਹ ਕਨਫਰਮ ਇਹ ਗੱਲ ਮੈਨੂੰ ਦੱਸੋ ਕਿ ਕਿਹੜਾ ਬੰਦਾ ਇਸ ਥੀਏਟਰ ਨੂੰ ਬੁਰਾ ਕਹਿ ਰਿਹਾ ਸੋਹਲ ਮੋਹ ਸਾਹਿਬ ਕਿਚੂ ਵੀ ਗੱਲਾਂ ਦਾ ਨਾ ਕਿ ਐਸੀ ਕਿ ਮੈਂ ਛੱਡਦਾ ਚੀਜ਼ ਗੰਦੀਗੀ ਸੀ ਮੈਂ ਛੱਡ ਦਿੱਤੀ ਇਸ ਵੇਲੇ। ਦੇਖੀ ਜਿਹ ਮੈਂ ਸਮਝਾ ਜੋ ਵੀ ਨਾ ਥੀਏਟਰ ਦੇ ਵੇਲੇ ਉਹ ਸੋ 11 ਸਾਹਿਬ ਦੇ ਬਾਰੇ ਵਿੱਚ ਗੱਲ ਕਰਾਂਗੇ ਕਿ ਇੱਕ ਤੇ ਉਹ ਬਹੁਤ ਅਚੀ ਆਰਟਿਸਟ ਨੇ ਨਾਉ ਡਾਊਟ ਇੱਕ ਚੀਜ਼ ਉਹ ਜਦੋਂ ਥੀਏਟਰ ਚ ਵੀ ਕੰਮ ਕਰਦੇ ਸਨ ਤੇ ਉਦੋਂ ਵੀ ਮੇਰੇ ਖਿਆਲ ਚ ਉਹਨਾਂ ਦੀ ਇਹੀ ਲੜਾਈ ਸੀ ਕਿ ਗਾਣੇ ਨਹੀਂ ਹੋਣੇ ਚਾਹੀਦੇ ਲੇਕਿਨ ਉਹਨਾਂ ਨੇ ਬਿਨਾਂ ਗਾਣੇ ਤੋਂ ਵੀ ਡਰਾਮੇ ਕੀਤੇ ਨੇ ਉਹਨਾਂ ਨੇ ਆਪਣੀ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੂ ਕਿਉਂਕਿ ਉਹਨਾਂ ਦੀ ਕੈਟਾਗਰੀ ਆ ਰਹੀ ਸੀ ਅਮਾਨੁੱਲਾ ਸਾਹਿਬ ਬੱਬੂ ਬਰਾਲ ਸਾਹਿਬ ਮਸਤਾਨਾ ਜੀ ਸੁਹੇਲ ਸਾਹਿਬ ਕਸ਼ਮੀਰ ਸਾਹਿਬ ਆਬਦ ਖਾਨ ਸਾਹਿਬ ਸ਼ੌਕੀ ਖਾਨ ਸਾਹਿਬ ਇੱਕ ਪੂਰੀ ਇੱਕ ਚੇਨ ਬਣੀ ਆਈ ਸੀ ਤੇ ਉਹਨਾਂ ਨੂੰ ਜਦੋਂ ਉਹਨਾਂ ਦੇ ਮੁਤਾਬਕ ਕੰਮ ਨਹੀਂ ਮਿਲਿਆ ਜਦੋਂ ਉਹਨਾਂ ਨੇ ਵੇਖਿਆ ਕਿ ਇਸ ਥੀਏਟਰ ਨੂੰ ਮਿਸਯੂਜ਼ ਕੀਤਾ ਜਾ ਰਿਹਾ ਇਹ ਥੀਏਟਰ ਕਨਸੈਪਟ ਕਿਸੇ ਹੋਰ ਤਰੀਕੇ ਨਾਲ ਚਲਾ ਗਿਆ ਮੇਰੇ ਖਿਆਲ ਚ ਉਹਨਾਂ ਨੇ ਫਿਰ ਥੀਏਟਰ ਨੂੰ ਛੱਡਿਆ ਔਰ ਉਹ ਛੱਡਣ ਚ ਅਗਰ ਉਹਨਾਂ ਨੇ ਕਿਹਾ ਕਿ ਥੀਏਟਰ ਬਹੁਤ ਬੁਰਾ ਫਿਰ ਗਲਤ ਗੱਲ ਹੈ ਹਾਲਾਂਕਿ ਉਹ ਹਰ ਕਿਸੇ ਦੀ ਕਹਿ ਸਕਦੀ ਕਿਉਂਕਿ ਸਹਿਲ ਸਾਹਿਬ ਦੀ ਪਹਿਚਾਨ ਇੱਕ ਥੀਏਟਰ ਹੈ ਥੀਏਟਰ ਤੋਂ ਬਾਅਦ ਟੀਵੀ ਹੈ ਟੀਵੀ ਤੋਂ ਬਾਅਦ ਫਿਲਮ ਹੈ ਔਰ ਸਹਿਲ ਸਾਹਿਬ ਬਜ਼ਾਤੇ ਇਨਸਾਨ ਬਹੁਤ ਅੱਛੇ ਨੇ ਆਰਟਿਸਟ ਤੇ ਬਹੁਤ अच्छे ਨੇ लेकिन ਬਜ਼ਾਤੇ ਇਨਸਾਨ ਬਹੁਤ ਅੱਛੇ ਨੇ ਕਿਉਂਕਿ ਮੈਂ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਆ ਸੁਹੇਲ ਸਾਹਿਬ ਨੂੰ ਉਹ ਬਜ਼ਾਤੇ ਇਨਸਾਨ ਬਹੁਤ ਅੱਛੇ ਨੇ ਉਹ ਕਦੀ ਵੀ ਨਾ ਤੇ ਆਰਟਿਸਟ ਨੂੰ ਬੁਰਾ ਕਹਿੰਦੇ ਨੇ ਉਹ ਨਾ ਥੀਏਟਰ ਨੂੰ ਬੁਰਾ ਕਹਿੰਦੇ ਨੇ ਹਾਂ ਉਹ ਜਿਹੜੇ ਬੁਰੇ ਕੰਮ ਕੀਤੇ ਜਾਂਦੇ ਨੂੰ ਉਹਨਾਂ ਨੂੰ ਜ਼ਰੂਰ ਉਹ ਕਹਿੰਦੇ ਨੇ ਕਿ ਇਹ ਬੁਰੀ ਚੀਜ਼ ਹੈ ਤੇ ਮੇਰੇ ਖਿਆਲ ਚ ਇਹ ਸਾਨੂੰ ਮੰਨ ਲੈਣੀ ਚਾਹੀਦੀ ਹੈ ਕਿ ਅਸੀਂ ਗਲਤ ਕਰਾਂਗੇ ਗਲਤ ਨੂੰ ਗਲਤ ਕਹਿਣ ਵਾਲਾ ਬੁਰਾ ਜ਼ਰੂਰ ਲੱਗਦਾ ਹੈ ਕਿ ਲੇਕਿਨ ਉਹ ਕੋਈ ਇੱਕ ਹੀ ਹੁੰਦਾ ਜਿਹੜਾ ਤੁਹਾਨੂੰ ਕਹੇ ਕਿ ਤੁਸੀਂ ਗਲਤ ਕਰ ਰਹੇ ਹੋ ਤੇ ਉਹ ਮੰਨਣਾ ਚਾਹੀਦਾ ਸਾਡੇ ਕੋਲ ਗਲਤੀਆਂ ਹੁੰਦੀਆਂ ਯਾਨੀ ਮੈਂ ਐਕਸੈਪਟ ਕੀਤੀ ਨੇ ਕਿ ਮੈਂ ਗਲਤੀ ਕੀਤੀ ਮੈਂ ਮੰਨ ਰਹੀਏ ਮੰਨ ਜਣਾ ਬਹਾਦਰੀ ਹੈ ਤੇ ਉਹਨੂੰ ਬਜਾ ਮੈਂ ਕਹਾਂ ਕਿ ਐ ਫਲਾਨੀ ਨੇ ਕਪੜੇ ਲਾਤੇ ਫਲਾਨੀ ਨੇ ਉਹਦੀ ਨੱਚਦਿਆਂ ਕਮੀਜ਼ ਦੀ ਟੁੱਟ ਗਈ ਸਟੈਪ ਟੁੱਟ ਗਿਆ ਐ ਫਲਾਨੀ ਦਾ ਲਾਚਾ ਖੁੱਲ ਗਿਆ ਫਲਾਨੀ ਨੇ ਅੱਗਲੇ ਖੋਲ ਲਿੱਤੇ ਨੇ ਤੇ ਫਲਾਨੀ ਦੇ ਫਲਾਨੇ ਬੰਦੇ ਨੇ ਤੇ ਗਲਤ ਗੱਲ ਹੈ